ਸਾਸਰੀ ਕਾਲ ਜੀ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਦੇਖੋ ਜੀ ਅੱਜ ਅਸੀਂ ਜਿਹੜਾ ਨਵਾਂ ਡਿਜ਼ਾਈਨ ਬਣਾਇਆ ਨਵਾਂ ਬਲਾউজ ਬਣਾਇਆ ਉਹ ਦਿਖਾਉਣੀ ਆ ਤੁਹਾਨੂੰ ਇਹਦਾ ਬਾਰਡਰ ਹੈਗਾ ਜਿਹੜਾ ਅਸੀਂ ਦੋ ਕਲਰ ਦਾ ਬਣਾਇਆ ਇੱਕ ਜਿਹੜਾ سرمੇ ਰੰਗਾ ਬਣਾਇਆ ਹੈਗਾ ਉੱਪਰ ਉਹ ਤਾਂ ਗਲਾ ਆਇਆ ਸੀ ਥੱਲੇ ਬਾਰਡਰ ਦੇ ਵਿੱਚ ਇੱਕ ਅਸੀਂ ਫਿੱਕਾ ਜਾਂ ਬਦਾਮੀ ਕਲਰ ਦਾ ਧਾਗਾ ਜਿਹੜਾ ਉਹ ਲਾਇਆ سرمੇ ਰੰਗਾ ਜਿਹੜਾ ਉਹਦੀ ਅਸੀਂ ਸਿੱਧੀ ਸਲਾਈ ਹੈਗੀ ਜਿਹੜੀ ਉਹ ਸਾਰੀ ਸਿੱਧੀ ਪਾਈ ਹੈ ਤੇ ਦੂਸਰੇ ਕਲਰ ਦਾ ਇੱਕ ਗੁੰਡਾ ਸਿੱਧਾ ਉਸੇ ਦੇ ਨਾਲ ਸੋਰਮੇ ਰੰਗੇ ਨਾਲ ਬਣਾਇਆ ਹੈਗਾ ਤੇ ਇੱਕ ਗੁੰਡਾ ਸੀ ਪੁੱਠਾ ਬਣਾਇਆ। ਪੁੱਠਾ ਜਿਹੜਾ ਉਹ ਬਦਾਮੀ ਕਲਰ ਨਾਲ ਬਣਾਇਆ ਹੋਇਆ ਤੇ ਜਿਹੜਾ ਸਿੱਧਾ ਉਹ ਸੋਰਮੇ ਰੰਗੇ ਨਾਲ। ਤਾਂ ਦੇਖੋ ਕਿੱਡਾ ਸੋਹਣਾ ਇਹ ਬਣਦਾ ਹੈ। ਉੱਪਰ ਅਸੀਂ ਇਸੇ ਤਰ੍ਹਾਂ ਫੱਟੀ ਬਣਾਈ ਹੈ। ਫੱਟੀ ਤੇ ਵੀ ਦੋ ਹੀ ਕਲਰ ਲਾਏ ਆ ਸੀ। ਅਗਲਾ ਹੈਗਾ ਜਿਹੜਾ ਅਸੀਂ ਉਹ ਗੋਲ ਬਣਾਇਆ। ਇਹਨੂੰ ਦੂਰਾ ਬੰਦ ਕੀਤਾ ਜਾਂਦਾ ਹੈ। ਇਸੇ ਦੀਆਂ ਸਲਾਈਆਂ ਚੜਾ ਕੇ ਇੱਕ ਗੁੰਡਾ ਉਤਾਰ ਕੇ ਇੱਕ ਗੁੰਡਾ ਬੁਣ ਕੇ ਫਿਰ ਉਹ ਆਪਣੇ ਆਪ ਹੀ ਪੁੱਠੇ ਪਾਸੇ ਨੂੰ ਚਲਾ ਜਾਂਦਾ ਇਸ ਤਰ੍ਹਾਂ ਬਨ ਜਾਂਦੀ ਫਿਰ ਗੋਦ ਬਹੁਤ ਸੋਹਣੀ ਇਸੇ ਤਰ੍ਹਾਂ ਹੀ ਅਸੀਂ ਇਹਦੇ ਮੋਡੇ ਬਣਾਏ ਆ ਦੇਖੋ ਜੀ ਇਹ ਕਿੰਨਾ ਸੋਹਣਾ ਲੱਗਦਾ ਪਹਿਣਾ ਨੇ ਪੁੱਛਿਆ ਸੀ ਜਿਹੜਾ ਅਸੀਂ ਪਹਿਲਾਂ ਡਿਜ਼ਾਈਨ ਬਣਾਇਆ ਹੈਗਾ ਉਹਦੀ ਵੀਡੀਓ ਬਣਾਈਏ ਉਹ ਵੀ ਅਸੀਂ ਜਲਦੀ ਹੀ ਬਣਾਵਾਂਗੇ ਉਹਨਾਂ ਡਿਜ਼ਾਈਨਾਂ ਦੀ ਵੀਡੀਓ ਤੇ ਇਸ ਡਿਜ਼ਾਈਨ ਦੀ ਵੀਡੀਓ ਵੀ ਅਸੀਂ ਤੁਹਾਨੂੰ ਜਲਦੀ ਹੀ ਦਿਖਾਵਾਂਗੇ ਅਗਲੀਆਂ ਵੀਡੀਓ ਦੇ ਵਿੱਚ ਤੁਹਾਡੀ ਵੀਡੀਓ ਨੂੰ ਵੇਖਣ ਦੇ ਲਈ ਧੰਨਵਾਦ ਜੀ ਸਾਡੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਇਹ ਕਿਵੇਂ ਦੀਆਂ ਲੱਗਦੀਆਂ ਧੰਨਵਾਦ ਜੀ